ਜੀ ਸੌ ਕਟੱਕਰੀ ਤੇ ਉਹ ਤਾਂ ਬੜਾ ਕੁਛ ਦੱਸਣ ਡਈ, ਨਾ ਤੁਸੀਂ ਦੱਸਿਆ ਨਾ ਰਾਜਵਿੰਦਰ ਨੇ ਕੋਈ ਗੱਲ ਕੀਤੀ ਮੇਰੇ ਨਾਲ। ਉਹ ਕੀ ਦੱਸਣ ਡਈ ਸੀ? ਉਹ ਕਹਿੰਦੀ ਮੰਮੀ ਹੁਣੀ ਨਾਰਾਜ਼ ਵਾ ਮੇਰੇ ਨਾਲ, ਮੈਂ ਪਿੰਡ ਗਈ ਹਾਂ ਜੀ। ਨਾ ਮੈਨੂੰ ਤਾਂ 2-3 ਮਹੀਨੇ ਹੋ ਗਏ ਗਈ ਨੂੰ। ਭੈਣ ਜੀ ਫਿਰ ਉਹਦੀਆਂ ਗਲਤੀਆਂ ਵਾ। ਚਲੋ ਗਲਤੀਆਂ ਕਿਹੜੀਆਂ ਕਰਦੀਆਂ ਹੁਣ ਤਾਂ, ਚਲੋ ਨਾਲੇ ਮਾਲਕ ਨੇ ਸੁਣੀ ਸੀ ਉਹਦੀ, ਉਹਨੇ ਮੈਨੂੰ ਉੱਥੇ ਦੱਸਿਆ। ਉਹ ਤੇ ਗੱਲ ਚੱਲ ਤੁਹਾਡੀ ਠੀਕ ਵਾ, ਪਰ ਭੈਣ ਜੀ ਅਸੀਂ ਤੇ ਉੱਥੇ ਘੱਲਣਾ ਸੀ, ਉੱਥੋਂ ਗੁੱਸੇ ਨਾਲ ਹੋ ਕੇ ਗਈ ਆ। ਗੰਭੀਰ ਨੇ ਸਰਪੰਚ ਸੱਦਿਆ ਤੇ ਸਾਰੇ ਕੰਮ ਕੀਤੇ ਬੰਦਿਆਂ ਚ, ਅਕਸਰ ਬੰਦਾ ਬਹਿਣ ਵਾਲਾ। ਆਖਣਾ ਤੇਰੀ ਘਰ ਹੀ ਨੀ ਬੁਕਤ ਤੇ ਬਾਹਰ ਕਿੱਥੇ ਕੀ ਕਰਨਾ ਉਹ ਤੂੰ, ਹਨਾ? ਇਹਨੇ ਚੁੱਪ ਕਰਕੇ ਉਹਨੂੰ ਫੋਨ ਕੀਤਾ ਤੇ ਚੱਲ ਗਈ। ਸਾਨੂੰ ਕੋਈ ਬੁਰੀਆਂ ਬਣਾਉਣਾ ਸੀ, ਉੱਥੇ ਚੱਲ ਜਾਂਦੀ, ਅਸੀਂ ਕਿਹੜਾ ਕਿਤੇ ਹੋਰ ਤੇ ਘੱਲਣੀ, ਉੱਥੇ ਘੱਲਣੀ। ਆਹੋ ਚਲੋ ਉਹਦੀ ਗੱਲ ਹੈ ਵਾ, ਪਰ ਇਹ ਆ ਵੀ ਹੁਣ ਤੁਸੀਂ, ਉਹ ਕਹਿੰਦੀ ਮੈਂ ਰੱਖੜੀ ਤੇ ਗਈ ਹਾਂ ਤੇ ਇਹਨਾਂ ਨੇ ਰਾਜਵਿੰਦਰ ਨੇ ਤੇ ਕਬੀਰ ਨੇ ਭਾਜੀ ਨੇ ਮੇਰੇ ਡੱਬੇ ਪਵਾ ਕੇ ਮਾਰੇ, ਮੇਰੀ ਬੀਤੀ ਬੜੀ ਕੀਤੀ ਆ। ਭੈਣ ਜੀ ਫਿਰ ਗੱਲ ਤਾਂ ਹੀ ਕਰ ਲਿਆ ਥੋੜੇ ਬਾਰੇ, ਆ ਵੀ ਪ੍ਰਾਹੁਣੇ ਡੱਬੇ ਪਵਾ ਕੇ, ਹਨਾ? ਜੇ ਇੱਥੇ ਆਈ ਆ ਪਹਿਲਾਂ, ਭੈਣ ਜੀ ਮੈਂ ਇੰਨੀ ਬਿਮਾਰ ਰਹੀ, ਇਹ ਕੁੜੀ ਨੀ ਬਣੀ, ਇਹਦੀਆਂ ਟੈਨਸ਼ਨ। ਮੁੜ ਕੇ ਜੇ ਆਈ ਆ ਤੇ ਆਣ ਕੇ ਕਹਿੰਦੀ ਮੈਂ ਆਪਣਾ ਹਿੱਸਾ ਕਢਾਉਣਾ, ਮੈਨੂੰ ਹਿੱਸਾ ਦੇ ਦਿਓ। ਤੁਸੀਂ ਦੱਸੋ ਪਿਆਜ ਜੋ ਹਿੱਸਾ ਦੇ ਦਿੰਦੇ? ਨਹੀਂ ਉਹ ਤੇ ਚਲੋ ਸ਼ਦੈਣ ਵਾ ਜਾਣ ਕੇ ਹਿੱਸਿਆਂ ਨਾਲ ਥੋੜੀ ਗੱਲਾਂ ਕਰਨੀਆਂ, ਜੋ ਭੈਣ ਭਰਾਵਾਂ ਨਾਲ ਕਰਨੀਆਂ ਭੈਣ ਭਰਾਵਾਂ ਨਾਲ ਕਰਨਾ। ਨਹੀਂ ਲੈ ਕੇ ਲੈ ਜਾ ਫਿਰ, ਕਲੇਸਰ ਬਣ ਜਾ ਤੇ ਬਹਿ ਜਾ ਇੱਕ ਪਾਸੇ ਹੋ ਕੇ ਲੈ ਜਾ। ਚੱਲ ਭੈਣ ਜੀ ਤੂੰ ਸਿਆਣੀ ਆ, ਇਹਨਾਂ ਨੂੰ ਸਮਝਾਉਂਦੀ, ਮੁੰਡਿਆਂ ਨੂੰ ਸੁਣਾਉਂਦੀ, ਨੂੰਹਾਂ ਨੂੰ ਕਹਿੰਦੀ ਤੇ ਉਹਨੂੰ ਵੀ ਕਹਿੰਦੀ, ਏਦਾਂ ਨਹੀਂ ਕਰੀਦਾ ਹੁੰਦਾ। ਭੈਣ ਜੀ ਬੜਾ ਆਖਿਆ, ਉਹਦੀ ਸੱਸ ਵੀ ਆਖਣ ਦੀ ਹਿੱਸਾ ਲੈ ਆ, ਉਹਨੇ ਵੀ ਇਹ ਲਿਆਂਦਾ ਪਿੱਛੋਂ ਫਲਾਣੇ ਦਾ ਹਿੱਸਾ ਕੱਢੀ ਘੜੇ ਦਾ ਆ ਗਿਆ। ਇਹ ਤਾਂ ਸਮਝਦੀ ਨਹੀਂ ਕੁੜੀ, ਇਹ ਤਾਂ ਤੁਰ ਪਈ ਵੀ ਮੈਂ ਹਿੱਸੇ ਲੈਣੇ ਆਪਣੇ ਕਢਾਉਣੇ। ਤੇ ਤੂੰ ਦੱਸ ਫਿਰ, ਮੈਂ ਤਾਂ ਸਿਆਣੀ ਭੈਣ ਜੀ ਕੀ ਕਰਦੀ ਤੈਨੂੰ? ਸ਼ਰੈਣ ਵਾਇ ਤੇ ਲਾਈ ਲੱਗ ਵਾ, ਉਹਨੇ ਸੱਸ ਨੇ ਫੂਕ ਦਿੱਤੀ ਵੀ ਤੇ ਮਗਰ ਲੱਗ ਗਈ, ਮਗਰ ਲੱਗ ਗਈ, ਇਹਦੇ ਸਪਸ਼ਟਾਂ ਨਹੀਂ ਕਰਦੀ। ਪਰ ਹੁਣ ਪਛਤਾਉਂਦੀ, ਹੁਣ ਤਾਂ ਬੜਾ ਰੋਣ ਡਈ, ਉੱਥੇ ਮੇਰੇ ਕੋਲ ਚੰਗੀ ਤਰ੍ਹਾਂ ਗੱਲ ਪੂਰੀ ਸੁਣੀ ਵੀ ਨਹੀਂ ਗਈ ਤੇ ਮੈਨੂੰ ਆਂਦੀ ਮਾਸੀ ਜਾਣੀ। ਮੈਂ ਕਿਹਾ ਕੋਈ ਗੱਲ ਨਹੀਂ ਮੈਂ ਜਾਣੀ, ਬਸ ਵੀ ਹੁੰਦਾ ਚੱਲ ਧੀਆ, ਸਾਨੂੰ ਕਿਹੜੀ ਮਾੜੀ ਆ। ਹੁਣ ਤੂੰ ਦੱਸ, ਤੁਸੀਂ ਦੱਸੋ ਵੀ ਵਿੱਚੋਂ ਹੁਣ ਮੈਂ ਹਿੱਸਾ ਨਹੀਂ ਵੱਢ ਕੇ ਦੇਣ ਦੀ, ਲੋਕਾਂ ਫਿਰ ਕੀ ਆਖਣਾ ਸੀ? ਨਹੀਂ ਭੈਣ ਜੀ ਚਲੋ ਹਿੱਸਾ ਕਿਉਂ ਦੇਣਾ, ਨਾ ਹਿੱਸਾ ਲਓ ਨਾ ਦਓ, ਬਣਦਾ ਮਿਲੋ ਮਿਲੋ ਵਰਤੋ, ਜਿਹੜਾ ਦਿਨ ਦਿਹਾੜ ਹੋਊਗਾ ਚਲੋ ਖੁਸ਼ੀ ਖੁਸ਼ੀ ਜਾਇਓ, ਜੋ ਮਰਜ਼ੀ ਲੈ ਲੈ। ਹਾਂ ਭੈਣ ਜੀ ਹੁਣ ਨੌ ਪੁੱਤਾਂ ਨੂੰ ਵੀ ਮਨ ਚ ਗੁੱਸਾ ਹੈ ਕਿ ਨਹੀਂ? ਉਹ ਤਾਂ ਹੈ ਵਾ, ਇੱਕ ਪਾਸੇ ਬੰਦਿਆਂ ਤੇ ਅਗਲਾ ਬਹਿਣ ਵਾਲਾ ਵੀ ਤੇਜ ਤੇ ਭੈਣ ਨਹੀਂ ਮੰਨੀ ਤੇਰੀ ਗੱਲ ਤੇ ਚੜ ਕੇ ਗਾਂ ਗਈ ਤੇ ਤੂੰ ਕਾਹਦੀ ਗੱਲਾਂ ਕਰਨੀਆਂ ਬਾਹਰ ਆ ਕੇ। ਚਲੋ ਭੈਣ ਜੀ ਫਿਰ ਜੋ ਆਪਾਂ ਲੰਮੀਆਂ ਗੱਲਾਂ ਪਾ ਲਾਂਗੇ ਤੇ ਫਿਰ ਪਹਿਲੀ ਜਾਣੀਆਂ ਧੀ ਆ ਉਹ ਵੀ ਹੈਗੀ ਤੇ ਧੀ ਆ ਹੀ ਤੇਰੇ ਨਾਲ। ਭੈਣ ਜੀ ਬਹੁਤ ਜ਼ਿਆਦਾ ਕੀਤਾ, ਕੋਈ ਕਰ ਨਹੀਂ ਸਕਦਾ ਜਿੰਨਾ ਹੀ। ਹੁਣ ਜਿਹਦੇ ਨੇ ਕੰਮ ਹੀ ਪੁੱਠੇ ਕੀਤੇ ਆ, ਹੁਣ ਮੈਂ ਦੱਸ ਕੀ ਕਰਾਂ? ਮੈਂ ਨੌ ਪੁੱਤਾਂ ਨੂੰ ਛੱਡਾਂ ਕਿ ਜਾਂ ਮੈਂ ਇਹਦੇ ਵੱਲ ਜਾਵਾਂ? ਮੈਨੂੰ ਤੇ ਸਾਰੇ ਬਰਾਬਰ ਇੱਕੋ ਜੇ। ਕੀਮਤਾਂ ਨੂੰ ਕਿੰਨਾ ਕੁ ਗਰਾਸ ਦੇ ਦੇ ਘਰ ਦੇ, ਕਿੰਨਾ ਕੁ ਉਹਨੂੰ ਵਿਚਾਰੀ ਨੂੰ ਕਹਿੰਦੀ ਆ ਗਰਾਸ ਦੇ ਦੇ? ਭੈਣ ਜੀ ਜਦੋਂ ਫਿਰ ਕੀਤਾ ਇੱਕ ਪਾਸਾ ਕਰਕੇ ਘੱਲ ਨਹੀਂ ਮੇਰੇ ਕਿਉਂ ਗਈ? ਉਹ ਵੀ ਸ਼ਦੈਣ ਵਾ, ਨਿਆਣ ਉਮਰ ਵਾ, ਇਹ ਡੀਕ ਤੇ ਲੈਂਦੀ ਵੀ ਮੇਰਾ ਭੈਣਸਾ ਤੇ ਡੀਕ ਲੈਂਦੀ। ਘਰੋਂ ਗਈ ਚਾਚੀ ਦੇ ਘਰ, ਪੁਰਾਣੇ ਕੱਪੜੇ ਪਾਏ, ਉੱਥੋਂ ਹੀ ਕਰਕੇ ਫੋਨ ਤੇ ਚੱਲ ਗਈ। ਅਸੀਂ ਚਾਵਾਂ ਤੱਕ ਭੈਣ ਜੀ ਡੀਕ ਦੇ ਰਹੇ। ਕੀ ਪਤਾ ਉਹਨਾਂ ਨੇ ਫੋਨ ਕਰਤਾ ਹੋਵੇ, ਵੀ ਉਹਨੂੰ ਫੇਰ ਕੋ ਕਹਿਤਾ ਉਤੋਂ ਚੱਲ ਗਈ ਹੋਵੇ ਤੇ ਫਿਰ ਖਾਵੇ ਛਿੱਤਰ ਸਾਨੂੰ ਕੋਈ ਬਣਿਆ ਹੁੰਦੀ ਹੈ? ਖਾਂਦੀ ਰਹੇ? ਨਹੀਂ ਨਹੀਂ ਇੱਦਾਂ ਨਾ ਕਰੋ, ਤੁਸੀਂ ਖਾਵੇ ਇੰਜ ਕਰਨੀ ਧੀਆਂ ਨੂੰ ਕਿਉਂ ਛਿੱਤਰ ਕਹਿਣਾ ਵਾ? ਫਿਰ ਭੈਣ ਜੀ ਤੀਜੇ ਦਿਨ ਲੜਾਈ ਉੱਥੇ, ਤੀਜੇ ਦਿਨ ਲੜਾਈ ਉੱਥੇ ਤਾਂ ਤਾਂ ਹੀ ਮੁੰਡਾ ਕਰ ਲਿਆ ਸਟੈਂਡ ਲੈਣ ਲਿਆ। ਚਲੋ ਕੋਈ ਨਹੀਂ, ਲੱਦ ਕੇ ਮਾਰਿਆ ਸਾਨੂੰ ਪਰੇ। ਪਰ ਭੈਣ ਜੀ ਹੁਣ ਰਾਜਵਿੰਦਰ ਵੀ ਕਰਦੀ 19-21 ਤੇ ਮੈਂ ਕਿੱਦਾਂ ਸਮਝਾਇਆ? ਹੁਣ ਤੁਸੀਂ ਸੱਟ ਜੇ ਨਾ ਸਾਰੇ। ਭੈਣ ਜੀ ਰਾਜਵਿੰਦਰ ਹਿੱਸੇ ਨਹੀਂ ਮੰਗਦੀ ਚੱਜ ਦੀ, ਇਹ ਤੇ ਕੁੜੀ ਕਹਿੰਦੀ ਵੀ ਹਿੱਸਾ ਹੀ ਲੈਣਾ, ਹਿੱਸਾ ਹੀ ਲੈਣਾ। ਦੱਸ ਫਿਰ ਅਸੀਂ ਉਹ ਫਿਰ ਰੂੜ ਮਤ ਕਰ ਲਈ ਇਹਨਾਂ ਨੇ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਮਾੜੀਆਂ ਮੋਟੀਆਂ ਸਾਰੇ ਘਰ ਭੈਣ ਜੀ ਹੁੰਦੀਆਂ। ਆਹੋ ਚਲੋ ਕੋਈ ਗੱਲ ਨਹੀਂ, ਤੁਸੀਂ ਇੱਦਾਂ ਕਰੋ ਵੀ ਰਾਜਾਮੰਦੀ ਦੇ ਨਾਲ ਚਲੋ, ਹੁਣ ਉਹਨੂੰ ਚਲੋ ਮਹਾਂ ਹੀ ਰੱਬ ਨੇ ਸੁਣੀ ਟਾਈਮ ਵਾ ਤੇ ਚਲੋ ਉਹਨੂੰ ਘਰ ਸੱਦ ਕੇ, ਮਾਂ ਦਾ ਬੜਾ ਆਸਰਾ ਹੁੰਦਾ। ਉਹ ਤੇ ਗੱਲ ਨਹੀਂ, ਉਸੇ ਵੇਲੇ ਚੱਲ ਜਾਣਾ ਭੈਣ ਜੀ, ਨਹੀਂ ਹੁਣ ਵੀ ਚਾਹੋ ਆਓ, ਹੁਣ ਕੀ ਹੋ ਗਿਆ? ਨਹੀਂ ਤੇ ਉਸੇ ਵੇਲੇ ਪਹੁੰਚਣਾ ਸੀ। ਚਲੋ ਹੁਣ ਨੌ ਪੁੱਤਾਂ ਨੂੰ ਛੱਡ ਕੇ ਕਿੱਦਾਂ ਜਾਵਾਂ? ਕੋਈ ਗੱਲ ਨਹੀਂ ਛੱਡੋ, ਮੈਂ ਰਘਬੀਰ ਨੂੰ ਵੀ ਕਹਿ ਦੂੰਗੀ, ਬਲਜੀਤ ਨੂੰ ਵੀ ਕਹੂੰਗੀ ਤੇ ਚਲੋ ਰਾਜਵਿੰਦਰ ਨੂੰ ਸਮਝਾਉਂਦੇ ਆ, ਚਲੋ ਮਿਲੋ ਇਧਰੋਂ ਅੱਗੇ। ਉਹ ਆਂਦਾ ਮੰਮੀ ਤੁਸੀਂ ਚੱਲ ਜਾਓ, ਮੈਂ ਨਹੀਂ ਜਾਣਾ ਤੇ ਫਿਰ ਮੈਂ ਭੈਣ ਜੀ ਇੱਦਾਂ ਨਹੀਂ ਜਾਣਾ। ਨਹੀਂ ਜਾਂਦਾ ਜੇ ਤੂੰ ਉਹਨਾਂ ਨੂੰ ਗੁੱਸਾ ਵਾ, ਕੋਈ ਗੱਲ ਨਹੀਂ, ਤੁਸੀਂ ਉਦਾਂ ਨੂੰ ਘਰ ਸੱਦੋ, ਮਿਲੋ ਇਧਰੋਂ, ਆਪੇ ਤੁਹਾਡਾ ਪਿਆਰ ਪੈਣਾ, ਆਪੇ ਨੂੰ ਸਮਝਾ ਮੇਰੀ ਧੀ ਇਹ ਇੱਦਾਂ ਹਿੱਸੇ ਨਹੀਂ ਲਈ ਦਿੰਦੇ, ਉਦਾਂ ਤੇਰੀ ਜੁੱਤੀ ਉੱਤਾਂ ਤੂੰ ਦੂਣਾ ਨਹੀਂ ਲੱਗਣਾ। ਹਾਏ ਉਦਾਂ ਤੇ ਕਿਤੇ ਕਿਸੇ ਗੱਲ ਤੋਂ ਪਛਾਣ ਕੀਤੀ ਨਹੀਂ ਗੀ, ਹੁਣ ਤੁਸੀਂ ਵੀ ਸਿਆਣੇ ਦੱਸੋ, ਨੌ ਪੁੱਤ ਛੱਡ ਕੇ ਚੱਲ ਜਾ। ਨਹੀਂ ਨਹੀਂ ਉਹਨਾਂ ਨੂੰ ਛੱਡਾਂ ਕਿ ਇਹਨੂੰ ਮਿਲਾ, ਮੈਨੂੰ ਉਹ ਵੀ ਉਦਾਂ ਦੇ ਬਰਾਬਰ ਆ ਤੇ ਮੈਨੂੰ ਇਹ ਵੀ ਬਰਾਬਰ। ਜਿੱਦਾਂ ਤੁਸੀਂ ਆਉਂਦੇ ਹੋ ਭੈਣ ਜੀ ਮੈਂ ਉਦਾਂ ਹੀ ਤੁਹਾਡੇ ਨਾਲ ਸਹਿਮਤ ਹਾਂ, ਦੱਸੋ ਜਿੱਦਾਂ ਤੁਸੀਂ ਕਹਿੰਦੇ ਹੋ।
ਕੀ ਗੱਲ ਹੋਣਾ ਹੁਣ ਬੜੀ ਬੈਠੀ ਆ ਤੂੰ ਚੁੱਪ ਚਾਪ ਹੋਰ ਭੰਗੜਾ ਪਾਵਾਂ ਚੁੱਪ ਚਾਪ ਹੀ ਪੈਣਾ ਵਾ ਅੱਛਾ ਤੇ ਜਿਹੜੀ ਮਾਸੀ ਦੇ ਬੜੇ ਤੂੰ ਪੋਚੇ ਮਾਰਦੀ ਸੀ ਮਾਸੀ ਕੋਈ ਗੱਲ ਨੀ ਜੇ ਮਾਸੀ ਨੇ ਅੱਜ ਨਹੀਂ ਗਈ ਹੋ ਸਕਦਾ ਬੇਚਾਰੀ ਢਿੱਲੀ ਮੱਠੀ ਰਹਿੰਦੀ ਇਹਦਾ ਸਰੀਰ ਨਾ ਤੁਰਿਆ ਹੋਊਗਾ ਅੱਜ ਨੀ ਗਈ ਕੱਲ ਨੂੰ ਚਲ ਜੂ ਪਰਸੋਂ ਨੂੰ ਚਲ ਜੂ ਹੈਗੇ ਹੀ ਆ ਤੇ ਇਹਨਾਂ ਜਾਣ ਵਾਸਤੇ ਫਿਰ ਤੇਰੇ ਮੁੱਕ ਗਏ ਗਾੜੀ ਨਹੀਂ ਜਾਇਆ ਗਿਆ ਹੋਊਗਾ ਘਰਾਂ ਵਰਗੇ ਘਰ ਸੌ ਕੰਮ ਨਿਕਲ ਹੁੰਦਾ ਵਾ ਜੇ ਕਿਸੇ ਨੇ ਮੇਰੇ ਨਾਲ ਜ਼ਬਾਨ ਕੀਤੀ ਹੈ ਨਾ ਵੀ ਮੈਂ ਜਾਊਂਗੀ ਤੇ ਜਾਊਗੀ ਐਡੀ ਗੱਲ ਨੀ ਆ ਵੀ ਆਪਣੀ ਜ਼ਬਾਨ ਤੋਂ ਮਾਸੀ ਮੁੱਕਰ ਜੇ ਬੜੀ ਖਰੀ ਆ ਨਾ ਜ਼ਬਾਨ ਦੀ ਮੈਨੂੰ ਪਤਾ ਕਿੰਨੀ ਖਰੀ ਆ ਰਾਜਿੰਦਰ ਦੀ ਮਾਂ ਵਾ ਸਰ ਮੇਰੇ ਨਾਲ ਵਧੀਆ ਮਿਲਦੀ ਵਰਤਦੀ ਮੈਨੂੰ ਪਤਾ ਵਾ ਕਿੰਨੇ ਟਾਈਮ ਪਹਿਲਾਂ ਤੈਨੂੰ ਉਹਦਾ ਫੋਨ ਆਉਂਦਾ ਰਿਹਾ ਤੇ ਕਿੰਨੀ ਤੈਨੂੰ ਮਿਲੀ ਵਰਤੀ ਆ ਚੱਲ ਇੱਥੇ ਨਹੀਂ ਫੋਨ ਆਉਂਦਾ ਜਦੋਂ ਮੈਂ ਪੇਕੇ ਜਾਂਦੀ ਉੱਥੇ ਫੋਨ ਆਉਂਦਾ ਗੱਲ ਮੈਂ ਕਰਦੀ ਨਹੀਂ ਨਾ ਵਿਆਹਾਂ 'ਚ ਮਿਲਦੀ ਰਹੀ ਸੀ ਵੀ ਪ੍ਰੋਗਰਾਮ ਹੁੰਦਾ ਉਦੋਂ ਨਹੀਂ ਆਉਂਦੀ ਉੱਥੇ ਤੇ ਨਹੀਂ ਤੁਸੀਂ ਮੇਰੇ ਰਿਸ਼ਤੇਦਾਰਾਂ ਵੱਲ ਬੜਾ ਭੱਜ ਜਾਂਦੇ ਜੇ ਆਪਣੀ ਮਾਂ ਵੀ ਵੇਖ ਲਓ ਕਦੋਂ ਦੀ ਗਈ ਹੈ ਘਰੋਂ ਬਾਹਰ ਉਹਨੂੰ ਘਰ ਦਾ ਖਿਆਲ ਹੈਗਾ ਕਿ ਨਹੀਂ ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਕਿਤੇ ਆਹ ਮੰਮੀ ਗੇਟੋਂ ਬਾਹਰ ਪੈਰ ਪਾਉਂਦੀ ਹੁੰਦੀ ਸਾਰਾ ਦਿਨ ਘੜੀ ਘਰੇ ਰਹਿਣਾ ਤੇ ਮੈਨੂੰ ਵੀ ਕਹਿਣਾ ਕਿ ਤੂੰ ਮਹੀਨਾ ਬਾਹਰ ਜਾ ਹੁਣ ਇੱਕ ਘਰੋਂ ਨਿਕਲਦੀ ਦੂਜੇ ਘਰ ਦੂਜੇ ਘਰੋਂ ਨਿਕਲਦੀ ਤੀਜੇ ਘਰ ਹੁਣ ਉਹਨੂੰ ਪਤਾ ਜੇ ਉਹ ਕੰਮ ਕਰਨਾ ਪੈਣਾ ਹਨਾ ਬੜੀ ਦੇਖਦੀ ਤੈਨੂੰ ਮੇਰੀ ਮਾਂ ਹਨਾ ਤੇ ਮਾਂ ਨੂੰ ਕਹਿ ਘਰ ਬਹਿ ਜਾ ਕਿਤੇ ਕੰਮ ਧੰਦਾ ਕਰ ਲਿਆ ਕਰ ਕਿੰਨੀ ਕੁ ਬਾਹਰ ਜਾਂਦੀ ਆ ਆਹ ਅੱਜ ਹੀ ਮੈਂ ਵੇਖਿਆ ਵੀ ਘਰੋਂ ਬਾਹਰ ਗਈ ਆ ਬਾਹਰ ਹੋਣਾ ਮਿਰਚਾਂ ਮੁਰਚਾਂ ਮੇਰੇ ਸਾਹ ਨਾਲ ਤੋੜਨ ਵਾਲੀਆਂ ਉੱਥੇ ਤੇ ਨਹੀਂ ਨਹੀਂ ਉੱਥੇ ਨਹੀਂ ਤੁਸੀਂ ਦੌੜੋ ਜਾ ਕੇ ਤੁਹਾਨੂੰ ਮੈਂ ਸੁਣਾ ਦੇਣ ਨਹੀਂ ਲੱਗੀ ਨਾਲੇ ਆਂਟੀ ਵੀ ਆਈ ਸੀ ਸੁਣਾ ਦੇਣ ਲੰਘਣ ਡਈ ਹੋਣੀ ਕਿਤੇ ਤੂੰ ਵੇਖਿਆ ਮੈਂ ਤੇ ਆਖਿਆ ਸ਼ਾਇਦ ਮੰਮੀ ਉਹ ਤੋੜਨ ਡਈ ਹੋਵੇ ਸਬਜ਼ੀ ਬਾਰੇ ਘੰਟਾ ਹੋ ਗਿਆ ਕਿ ਮੰਮੀ ਨੇ ਸਬਜ਼ੀ ਤੋੜਦੇ ਆ ਸ਼ਾਮਾਂ ਪੈਣ ਵਾਲੀਆਂ ਦੁਪਹਿਰ ਪਈ ਦੁਪਹਿਰ ਟਾਲ ਚੱਲੀ ਆ ਆਂਟੀ ਵਾਲ ਬੈਠੀ ਹੋਣੀ ਜਾ ਕੇ ਕੋਈ ਗੱਲ ਨਹੀਂ ਹਾਂ ਜਿਹੜੀਆਂ ਆਂਟੀਆਂ ਲੱਗੇ ਪੈਂਦੀ ਆ ਨਾ ਆਂਟੀਆਂ ਆਉਂਦੀਆਂ ਜਾਂਦੀਆਂ ਮੈਨੂੰ ਹੌਲੀ ਜਿਹੀ ਦੱਸ ਦਿੰਦੀਆਂ ਵੀ ਤੇਰੀ ਸੱਸ ਆਹ ਕਾਰਨਾਮੇ ਕਰਨ ਡਈ ਆਹ ਗੱਲ ਕਰਕੇ ਜਾਂਦੀ ਆ ਉੱਥੇ ਸਾਡੇ ਕੋਲ ਗੱਲਾਂ ਜਦੋਂ ਦੋ ਬੰਦੇ ਬੈਠੇ ਹੋਣ ਨਾ ਗੱਲਾਂ ਛੇੜ ਪੈਣ ਫਿਰ ਕੋਈ ਨਹੀਂ ਕਿਤੋਂ ਮਾਣਦਾ ਠੀਕ ਆ ਆਹੋ ਛੇੜ ਪੈਣ ਤੇ ਨਵਾਂ ਦੀਆਂ ਚੁਗਲੀਆਂ ਕਰਨੀਆਂ ਨਾ ਹੀ ਲੱਭਦੀ ਚੁਗਲੀਆਂ ਕਰਨ ਨੂੰ ਹਨਾ ਹੋ ਸਕਦਾ ਉਹ ਵੀ ਆਪਣੀ ਨਾਂ ਦੀਆਂ ਕਰਦੀ ਹੋਵੇ ਉਦੋਂ ਪਹਿਲਾਂ ਮੈਨੂੰ ਆਖਣਾ ਮੰਮੀ ਨੇ ਕਿਸੇ ਦੇ ਘਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਹੁਣ ਆਪਣੀ ਤੇ ਅੱਡੀ ਨਹੀਂ ਕਰ ਸਕਦੀ ਵੀ ਚੱਲ ਮੈਂ ਘਰ ਕੰਮ ਕਰਦਾ ਰੋਟੀ ਪਾਣੀ ਕਰਦਾ ਰੋਟੀਆਂ ਪਕਾਉਣ ਵਾਲੀਆਂ ਰੋਟੀਆਂ ਹੀ ਪਕਾਦਾ ਜਿਵੇਂ ਮੰਮੀ ਨੇ ਆਖਿਆ ਮੰਮੀ ਚੱਲ ਚੌਲਾਂ ਤੜਕਾ ਲਾ ਦੋ ਤੇ ਕਹਿੰਦੀ ਮੈਂ ਲੰਮੀ ਤੂੰ ਤੇਲ ਜ਼ਿਆਦਾ ਪਾ ਲੈਂਦੀ ਵਿੱਚ ਘਿਓ ਵੱਧ ਪਾਉਂਦੀ ਮੈਂ ਆਪੇ ਸਾਰਾ ਤੜਕਾ ਦਿੰਦੀ ਹੁਣ ਤੜਕਾ ਲਾਇਆ ਵੀ ਨਹੀਂ ਫਿਰ ਹੁਣ ਮੈਂ ਆਪ ਲਾਇਆ ਚੌਲਾਂ ਨੂੰ ਤੜਕਾ ਜਾ ਕੇ ਤੇ ਚੰਗਾ ਵਾ ਕਿ ਮੰਮੀ ਆਪਣੇ ਕੰਮ ਲੱਗੀ ਤੈਨੂੰ ਵੀ ਆਪਣੇ ਕੰਮ ਲਾ ਦਿੱਤਾ ਚੰਗੇ ਆਪਣੇ ਕੰਮ ਲੱਗੀ ਫਿਰ ਨਾ ਗਈ ਮਾਂ ਤੇਰੀ ਮੈਂ ਤੋੜਨ ਲੱਗਾ ਮਿਰਚਾਂ ਜੇ ਤੋੜਨੀਆਂ ਹੋਣੀਆਂ ਠੀਕ ਆ ਨਹੀਂ ਜੇ ਉੱਥੇ ਲੱਗੀਆਂ ਪੱਕ ਜਾਣੀਆਂ ਤੇ ਜਾ ਤੋੜ ਕੇ ਲਿਆ ਉਹ ਨਾ ਬੋਲੀ ਨਹੀਂ ਤੇ ਮੈਂ ਹੀ ਹੋ ਜਾਣਾ ਜਾ ਜਾਓ ਮੁੱਕ ਦੀ ਗੱਲ ਛੱਡ ਤੂੰ ਛੱਡ ਸਾਰੀਆਂ ਗੱਲਾਂ ਧੀਆਂ ਪੁੱਤ ਛੱਡਿਆ ਨਹੀਂ ਗੁਜ਼ਾਰਾ ਹੁੰਦਾ ਜੇ ਰਹੀ ਗੱਲ ਕਬੀਰ ਦੀ ਉਹਨੂੰ ਮੈਂ ਆਪੇ ਮਨਾ ਲੈਣੀ ਭੈਣ ਜੀ ਉਹ ਮੰਨ ਗਿਆ ਸਾਰੇ ਕੰਮ ਹੋ ਗਏ ਸਾਰੇ ਬਸ ਠੀਕ ਆ ਮੈਂ ਉਹਨੂੰ ਕਹਿ ਕੇ ਵੇਖ ਲੈਂਦੀ ਮੈਂ ਕਿਹਾ ਮੇਰੀ ਮਾਨੀ ਲਵੇ ਚੱਲ ਤੁਸੀਂ ਮਨਾ ਲਓ ਜੇ ਤੁਹਾਡੇ ਕੋ ਮੰਨਦਾ ਮੇਰੇ ਨਾਲ ਛੱਡ ਕੇ ਨਹੀਂ ਜਾਣਾ ਨਹੀਂ 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 ਛੱਡਣਾ ਨਹੀਂ ਮੈਂ ਉਹ ਵੀ ਬੱਚੇ ਤੇਰੇ ਮੈਂ ਉਹਨੂੰ ਕਹਿੰਦੀ ਪਰ ਚਲੋ ਉਹਨੂੰ ਨਾ ਮੈਂ ਕਹਿ ਕੇ ਵੇਖ ਤੁਸੀਂ ਕਹਿ ਕੇ ਵੇਖ ਲਓ ਜੇ ਮੰਨਦੇ ਆ ਤਾਂ ਮੇਰਾ ਮਾਨ ਲਾ ਲੈ ਚਲੋ ਕੋਈ ਨਹੀਂ ਭੈਣ ਜੀ ਚਲੋ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਠੀਕ ਇੱਥੇ ਕਿਤੇ ਬਾਹਰ ਹੋਣਾ ਕਰ ਲਓ ਚਲੋ ਠੀਕ ਕਿਹੜੀ ਇਹੋ ਜਿਹੀ ਗੱਲ ਵਾ ਜਿਹੜੀ ਬੂਹਾ ਟੋਕ ਕੇ ਹੁੰਦੀ ਆ ਕਿਹੜੀ ਗੱਲ ਕਰਨੀ ਤੈਨੂੰ ਪਤਾ ਹੋ ਗਿਆ ਗੱਲ ਦਾ ਦੀਦੀ ਮੈਨੂੰ ਆਪ ਨਹੀਂ ਕੁੱਖ ਵੀ ਪਤਾ ਵੀ ਕਿਹੜੀ ਗੱਲ ਕਰਨੀ ਮੰਮੀ ਨੇ ਮੈਂ ਤਾਂ ਆਪ ਕਦੋਂ ਦੀ ਵੇਖਣ ਦੀ ਆ ਵੀ ਕਦੋਂ ਦੀਆਂ ਮੰਮੀ ਹੋਣੀ ਬੜੀਆਂ ਉੱਧਰ ਤੇ ਬੂਹਾ ਭੇੜਿਆ ਵਾ ਬਾਕੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਜਦੋਂ ਮੰਮੀ ਆਊਗੀ ਨਾ ਮੈਂ ਪੁੱਛ ਹੀ ਲੈਣੀ ਆ ਮੰਮੀ ਕੋਲ ਜ਼ਿਆਦਾ ਚਿਰ ਗੱਲ ਛੁਪਾ ਕੇ ਨਹੀਂ ਰੱਖੀ ਜਾਂਦੀ ਮੰਮੀ ਤਾਂ ਮੇਰੀ ਆ ਨਾ ਹੈ ਤੇ ਤੇਰੀ ਮੰਮੀ ਆ ਪਰ ਮੈਨੂੰ ਬੜੀ ਹੈਰਾਨਗੀ ਦੀ ਗੱਲ ਹੋਈ ਆ ਅੱਗੇ ਤਾਂ ਕੁੜਮਣੀਆਂ ਕੁੜਮਣੀਆਂ ਕਦੀ ਨਹੀਂ ਇਕੱਠੀਆਂ ਬੈਠੀਆਂ ਸਾਡੇ ਨਾਲ ਹੀ ਬਹਿੰਦੀਆਂ ਜਿਵੇਂ ਬਹਿੰਦੀਆਂ ਅੱਗੇ ਤਾਂ ਮੇਰੀ ਬਣਦੀ ਨਹੀਂ ਤੇ ਅੱਜ ਤਾਂ ਪਤਾ ਨਹੀਂ ਚੁੰਝ ਜੋੜੀ ਆ ਆਹੋ ਵਾਕਿਆ ਹੀ ਮਿਰਚਾਂ ਤੇ ਲਾਲ ਵੀ ਹੋ ਗਈਆਂ ਤੇ ਕਈ ਤੇ ਵਿੱਚੋਂ ਸੁੱਕ ਵੀ ਗਈਆਂ
ਸੁੱਕੇ ਬੂਟੇ ਵੀ ਆ, ਕਸੂਰ ਮੇਰਾ ਵੀ ਆ, ਪਾਣੀ ਤਾਂ ਇਹਨਾਂ ਨੂੰ ਪਾਉਣਾ ਨਹੀਂ ਆ। ਜੇ ਕਿਤੇ ਚਾਰ ਦਿਨ ਪਾਣੀ ਪਿਆ ਹੁੰਦਾ ਇਹਨਾਂ ਨੂੰ, ਤਾਂ ਮੈਂ ਕਹਿੰਦਾ ਵੀ ਦੰਦਿਆਂ ਦੇ ਦੰਦੇ ਲੱਥਣਗੀਆਂ ਇਹ ਮਿਰਚਾਂ। ਵੇਖ ਲਾ ਬਾਕੀ ਪਤਾ ਕੀ ਗੱਲ ਆ, ਕਸੂਰ ਥੋੜ੍ਹਾ ਜਿਹਾ ਮੰਮੀ ਦਾ ਵੀ ਹੈਗਾ ਵਾ। ਮੰਮੀ ਵੀ ਨਾ ਇੱਧਰ ਉੱਧਰ ਤੁਰੀ ਫਿਰਦੀ ਆ, ਹੁਣ ਤਾਂ ਮੈਂ ਜਾਣ ਕੇ ਹੀ ਸੁੱਖ ਹਲ ਦੀ ਹਾਮੀ ਨਹੀਂ ਭਰਦਾ। ਜੇ ਮੈਂ ਸੁੱਖ ਹਲ ਦੀ ਹਾਮੀ ਭਰਾਂ ਤਾਂ ਵਾਕਿਆ ਮੰਮੀ ਨੂੰ ਪਤਾ ਲੱਗ ਜੇ। ਮੈਂ ਕਹਿੰਦਾ ਵੀ ਮਾਂ ਵਾ ਮੇਰੀ, ਚੱਲ ਕੀ ਕਹਿਣਾ, ਉਹ ਵੀ ਸੱਚੀ ਖਾਬਦੀ ਆ ਉੱਦਾਂ ਮੰਮੀ ਤੋਂ। ਮੈਨੂੰ ਗੱਲ ਕਰਨੀ ਉਹਦੇ ਨਾਲ ਚਾਹੀਦੀ, ਮੈਂ ਤਾਂ ਉਹਦੇ ਨਾਲ ਕੀਤੀ ਆ। ਪੁੱਤ ਕਈ ਗੱਲਾਂ ਹੁੰਦੀਆਂ ਸਿਆਣਿਆਂ ਵਿੱਚ, ਤੁਹਾਨੂੰ ਵੀ ਦੱਸ ਦਿੰਦੀ ਕਿਹੜੀ ਗੱਲ ਹੋਈ। ਤੇਰੀ ਨਨਾਣ ਟੱਕਰੀ ਸੀ ਮੈਨੂੰ ਹਰਚੋ ਵਾਲ, ਤੇ ਫਿਰ ਮਾਸੀ ਜੀ ਉਹ ਰੋਂਦੀ ਸੀ ਉੱਥੇ, ਉਹ ਕਹਿੰਦੀ ਸੀ ਨਾਲੇ ਨੂੰ ਕੋਈ ਟਾਈਮ ਵਾ, ਤੇ ਮੈਂ ਵੀ ਦਵਾਈ ਲੈਣ ਗਈ ਹਾਂ ਤੇ ਰੋਂਦੀ ਸੀ ਵੀ ਮੈਨੂੰ, ਮੈਂ ਕਦੋਂ ਦੀ ਗਈ ਪਿੰਡ ਗਈ ਹਾਂ ਰਾਜਵਿੰਦਰ ਹੁਣਾ ਕੋ, ਤੇ ਕਹਿੰਦੀ ਮੈਨੂੰ ਤਿੰਨ ਚਾਰ ਮਹੀਨੇ ਹੋ ਗਏ ਮਾਸੀ ਜੀ ਗਈ ਨੂੰ, ਮੈਨੂੰ ਤੇ ਉਹਨਾਂ ਨੇ ਛੱਡ ਹੀ ਦਿੱਤਾ ਵਾ। ਹੁਣ ਮੈਨੂੰ ਕੀ ਪਤਾ ਕਿ ਕਿਹੜੀ ਗੱਲੋਂ ਛੱਡਿਆ ਤੇ ਕਿਹੜੀ ਗੱਲੋਂ ਨਹੀਂ। ਮਾਸੀ ਜੀ ਤੁਹਾਨੂੰ ਇਹ ਨਹੀਂ ਦੱਸਿਆ ਉਹਨੇ ਵੀ ਕਿਹੜੀ ਗੱਲੋਂ ਛੱਡਿਆ, ਆਪਣੀ ਦੀ ਗੱਲ ਉਹਨੇ ਦੱਸੀ ਨਹੀਂ ਹੋਣੀ। ਮੈਨੂੰ ਦੱਸੀ, ਮੈਨੂੰ ਇਹੋ ਗੱਲ ਆਉਂਦੀ ਆ ਵੀ ਮੈਂ ਨਹੀਂ ਹੁਣ ਆਉਂਦੀ ਜਾਂਦੀ, ਮੈਂ ਰੱਖੜੀ ਤੇ ਗਈ ਹਾਂ ਮਾਸੀ, ਉਹਨਾਂ ਨੇ ਮੇਰੇ ਡੱਬੇ ਡੁੱਬੇ ਪਵਾ ਕੇ ਮਾਰੇ ਆ, ਰਾਜਵਿੰਦਰ ਨੇ ਵੀ ਤੇਰੀ ਕੁੜੀ ਨੇ ਵੀ ਮੇਰੇ ਨਾਲ ਘੱਟ ਕੀਤੀ। ਮੈਂ ਚੱਲ ਕੋਈ ਗੱਲ ਨਹੀਂ, ਨਿਆਣੀ ਸਿਆਣੀ ਦਾ ਸੁਭਾਅ ਵੀ ਥੋੜ੍ਹਾ ਜਿਹਾ, ਕੋਈ ਗੱਲ ਨਹੀਂ। ਮੈਂ ਉੱਥੇ ਤਾਂ ਗੱਲ ਰਫਾ ਦਫਾ ਕਰਕੇ ਤੇ ਗਈ ਆ, ਤੇ ਮੈਂ ਪਿੰਡ ਜਾਊਂਗੀ ਤੇ ਮੈਂ ਪਤਾ ਕਰਕੇ ਉਹ ਕੀ ਜਾਂਦੇ। ਸਾਡੀ ਗੱਲ ਤੇ ਸਾਰੀ ਦੱਸਦੀ ਵੀ ਇਹਨਾਂ ਨੇ ਕੀ ਕੀਤਾ, ਆਪਣੀ ਵੇਖਣ ਨੂੰ ਦੱਸੀ ਵੀ ਕਿਹੜੀ ਵਜ੍ਹਾ ਤੋਂ ਅਸੀਂ ਘਰੋਂ ਕੱਢਿਆ ਸੀ, ਆਈ ਨਾ ਇੱਥੇ, ਤੇ ਤਾਂ ਹੀ ਬੱਚੇ ਮੰਮੀ ਨੇ ਪੁੱਛਣ ਗਈ ਆ ਵੀ ਕੀ ਗੱਲ ਵਾ, ਤੇ ਫਿਰ ਮੰਮੀ ਨੇ ਕੀ ਦੱਸਿਆ ਵਾ। ਮੰਮੀ ਵੀ ਇਹੋ ਗੱਲ ਆਉਂਦੀ ਵੀ ਆਈ ਇੱਥੇ ਗੁੱਸੇ ਨਾਰਾਜ਼ਗੀ ਹੋ ਕੇ ਬਾਹਰ ਦੀ, ਬਾਹਰ ਹੀ ਚੱਲ ਗਈ ਚਾਚੇ ਘਰ ਗਈ ਸੀ, ਤੇ ਏਦਾਂ ਹੀ ਫਿਰ ਥਾਂ ਤਾਂ ਜਾਂਦੇ ਹੋ ਕੇ ਤਾਂ ਮੁੜਕੇ ਹਿੱਸੇ ਮੰਗਣ ਲੱਗ ਪਈ। ਆਹੋ ਤੇ ਇਹਨਾਂ ਵੱਲੋਂ ਜਿਹੜਾ ਗੁੱਸਾ ਤੇ ਹੁੰਦਾ ਹੀ ਹੈ ਨਾ ਆਉਂਦਾ, ਚੱਲ ਕੋਈ ਗੱਲ ਨੀ ਧੀਓ, ਕੋਈ ਗੱਲ ਨੀ ਮੇਰੀਆਂ, ਉਹ ਤੇ ਕੋਈ ਗੱਲ ਨੀ, ਅਸੀਂ ਤੇ ਕੋਈ ਗੱਲ ਦੀ ਨਾਰਾਜ਼ਗੀ ਰੱਖੀ ਨੀ, ਅਸੀਂ ਤੇ ਕਈ ਵਾਰੀ ਕਿਹਾ, ਇੱਕ ਦੋ ਵਾਰੀ ਉਹਦਾ ਫੋਨ ਵੀ ਆਇਆ ਵਾ, ਅਸੀਂ ਤੇ ਕਿਹਾ ਚੱਲ ਜਾਓ, ਮੰਮੀ ਨੂੰ ਵੀ ਕਿਹਾ। ਮੰਮੀ ਹੁਣ ਕਹਿੰਦੀ ਆ ਵੀ ਮੈਂ ਆਪਣੇ ਪੁੱਤ ਤੋਂ ਬਾਰੀ ਹੋ ਕੇ ਕਿੱਦਾਂ ਜਾਵਾਂ, ਹੈ ਵੀ ਗੱਲ ਸੱਚੀ ਆ, ਕਰਤੂਤਾਂ ਮੇਰੇ ਚੰਗੀਆਂ ਨੀ ਕੀਤੀਆਂ, ਇੱਥੇ ਰੁੱਸ ਕੇ ਆਈ ਵੀ ਜੇ ਤੂੰ ਆਈ ਤੁਹਾਡਾ ਮਾਨ ਰੱਖ ਲਾ, ਸਰਪੰਚ ਵੀ ਸੱਦਿਆ ਉਦੋਂ ਉਹਦੇ ਸਾਹਮਣੇ ਕੋਈ ਨੀ ਗੂੰਗੀ ਬਣੀ ਰਹੀ, ਉਹਦਾ ਸੱਸ ਵੀ ਆਈ ਤੇ ਘਰ ਵਾਲਾ ਵੀ ਇਹਨੂੰ ਲੈਣ ਆਇਆ ਸੀ, ਤੇ ਮੁੜ ਕੇ ਥੋੜੇ ਕੁ ਦਿਨ ਹੀ ਲੰਘੇ ਆ, ਤੇ ਮੈਂ ਪੁੱਛਿਆ ਕਿੱਥੇ ਚੱਲਣੀ ਆ ਨੀ ਚਾਚੀ ਘਰ, ਜਿਹੜੀ ਉੱਥੋਂ ਹੀ ਫੁੱਲ ਹੋ ਗਈ। ਅਸੀਂ ਤਾਂ ਡੀਕਦੇ ਰਹੇ ਸ਼ਾਮਾਂ ਤੱਕ ਤੇ ਆਈ, ਬਾਅਦ ਚ ਭਾਜੀ ਨੂੰ ਪਤਾ ਲੱਗਾ ਵੀ ਉਹ ਤੇ ਉੱਥੋਂ ਹੀ ਚੱਲ ਗਈ ਆ, ਉੱਥੋਂ ਨੇ ਜਾ ਕੇ ਫੋਨ ਕੀਤਾ, ਮੈਂ ਤੇ ਆਪਣੇ ਸਹੁਰੇ ਚ ਪਹੁੰਚ ਗਈ। ਦੇਖ ਬਲਜੀਤ, ਹੋ ਸਕਦਾ ਉਹਨੂੰ ਉਹਦੇ ਸਹੁਰੇ ਦਬਾਉਂਦੇ ਹੋਣ ਹਿੱਸੇ ਵੱਲ, ਉਹ ਤੇ ਹੁਣ ਉਹਨੂੰ ਪਤਾ ਵਾ, ਜੇ ਅਸੀਂ ਇਹਦੇ ਪਿੱਛੇ ਸਟੈਂਡ ਲਿਆ ਫਿਰ ਇਹਨੂੰ ਖੜੀ ਇੱਕ ਪਾਸੇ ਤਾਂ ਰਹਿਣਾ ਚਾਹੀਦਾ ਸੀ ਨਾ, ਪਰ ਇਹਦੀ ਮੂਰਖਮਤਾ ਵਾ ਨਾ ਮਾਸੀ, ਇਹਨੇ ਮੂਰਖਮਤਾ ਕੀਤੀ। ਹੁਣ ਇਹਦੇ ਜੋ ਰੋਂਦੀ ਮੇਰੇ ਕੋਲ ਦੇਖ ਹੀ ਨੀ ਗਈ, ਜਿੱਦਾਂ ਕਿ ਤੁਸੀਂ ਧੀ ਆ ਉਦਾਂ ਦੀ ਉਹ ਵਾ, ਮੈਂ ਫਿਰ ਕਿਹਾ ਚਲੋ ਮਿਲੋ ਖਲੋ ਘੜੀ ਦਾ ਪਤਾ ਨੀ ਗਾ, ਹੈ ਇਹ ਤੇ ਪਤਾ ਵਾ ਮਾਸੀ ਜੀ, ਪਰ ਇਹਨੇ ਉਦੋਂ ਇਹ ਕੰਮ ਕੀਤਾ ਨਾ, ਇਹ ਗੱਲ ਦੀ ਬਹੁਤ ਨਾਰਾਜ਼ਗੀ ਕੀਤੀ ਹੈ ਸਾਰਿਆਂ ਨੇ। ਖਰੇ ਆ ਬਲਜੀਤ, ਕੋਈ ਜੀ ਕਰਮਾਂ ਵਾਲਾ ਆਵੇ ਤੁਹਾਨੂੰ ਫਿਰ ਮਿਲਦੇ। ਭਾਜੀ ਤਾਂ ਸਾਨੂੰ ਨੀ ਰੋਕਦੇ ਟੋਕਦੇ, ਭਾਜੀ ਵੱਲੋਂ ਸਾਨੂੰ ਖੁੱਲੀ ਛੁੱਟੀ ਆ ਵੀ ਮੰਮੀ ਵੀ ਜਾਵੇ ਤੁਸੀਂ ਵੀ ਜਾਓ, ਪਰ ਭਾਜੀ ਦਾ ਆਪਣਾ ਮਨ ਵਿੱਚ ਨਹੀਂ ਕਰਦਾ, ਤੇ ਪਰ ਅਸੀਂ ਭਾਜੀ ਨੂੰ ਛੱਡ ਕੇ ਥੋੜੀ ਨਾ ਜਾ ਸਕਦੇ। ਨਾ ਰਾਜਵਿੰਦਰ ਛੱਡਣਾ ਹੋਏਗਾ, ਵੱਡਾ ਵਾ ਤੁਹਾਡਾ ਭਰਾ, ਮੈਂ ਇਹਨੂੰ ਇੱਕ ਵਾਰੀ ਗੱਲ ਕਰਕੇ ਵੇਖਾਂ, ਮੈਂ ਤੁਹਾਨੂੰ ਦੱਸਦਾ ਵੀ ਮੈਂ ਪੁੱਛ ਕੇ ਵੇਖਾਂ, ਮੈਂ ਖਰਿਆ ਮੇਰਾ ਮਾਣ ਰੱਖ ਲੈ, ਏਦਾਂ ਹੀ ਪੁੱਛ ਕੇ ਵੇਖ ਲਓ ਤੁਸੀਂ, ਹੈ ਨਾ ਸਾਡਾ ਨਾ ਲਿਓ ਫਿਰ।
ਨਹੀਂ ਮੈਂ ਤੁਹਾਡਾ ਨਾਂ ਨਹੀਂ ਲੈਂਦੀ, ਮੈਂ ਰਜਾਮੰਦ ਦੀ ਨਾਲ ਗੱਲ ਕਰੂੰਗੀ ਵੀ ਤਾਂ ਸੁੱਖ ਟੱਕਰੀ ਤੇ ਵੀ ਕਿੱਦਾਂ ਵੀ ਚਲੋ ਕੋਈ ਗੱਲ ਨੀ ਵੱਡਾ ਭਰਾ ਵਾ, ਖਰਿਆ ਮੇਰੀ ਮੰਨ ਹੀ ਲਵੇ ਤੇ ਚੱਲ ਜੇ ਮੰਨ ਲੂਗਾ ਤੇ ਚੱਲ ਖਰਿਆ ਤੁਸੀਂ ਮੇਰੇ ਨਾਲ ਵਰਤਣ ਲੱਗ ਪਓ, ਛੱਡੋ ਖੈਰਾ ਗੁੱਸੇ ਛੱਡੋ, ਚਲੋ ਠੀਕ ਆ ਕੋਈ ਗੱਲ ਨੀ, ਰੋਂਦੀ ਬੜਾ ਹੈ ਬਲਜੀਤ ਮੇਰੇ ਕੋਲ ਦੇਖੀ ਨਹੀਂ ਜਾਂਦੀ। ਆ ਗਿਓ ਲੱਸੀਆਂ ਮਿਰਚਾਂ ਆਹੋ ਵੇਖਿਆ ਕਈ ਲੋਕਾਂ ਨੇ ਦੋ ਦੋ ਢਾਈ ਢਾਈ ਕਿਲੋ ਠੱਬੇ ਦਾ ਥੱਬਾ ਹੀ ਸੁਕਾਇਆ ਹੁੰਦਾ ਤੇ ਹੋਰ ਮੇਰੀ ਜਿਹੜੀ ਆ ਮਾਸੀ ਜੀ ਦੇ ਉਦਣ ਗਏ ਸੀ ਉਹਨੇ ਤੇ ਛੱਜ ਵਿੱਚ ਪਾ ਕੇ ਸਕਾਈਆਂ ਹੁੰਦੀਆਂ ਵਾ ਉਹ ਬਾਬਾ ਸਕਾ ਲੈਂਦੇ, ਮੁੜ ਕੇ ਸਿਆਲ ਚ ਸਾਗ ਚ ਇੱਕ ਅੱਧੀ ਮਿਰਚੀ ਨਾਲ ਵਿੱਚ ਪੈ ਗਏ ਪਰ ਕਾਲਾ ਜਿਹਾ ਹੋ ਜਾਂਦਾ, ਬਾਕੀ ਚੱਲ ਹਰੀ ਮਿਰਚ ਪਾ ਲੈਂਦੇ ਜਾਓ ਜੇ ਥੋੜੀ ਬਹੁਤੀ ਹੋਰ ਇੱਦਾਂ ਦੀਆਂ ਸੁੱਕੀਆਂ ਤੇ ਲੈ ਆਓ ਸਗੋਂ। ਉਹ ਨਹੀਂ ਹੋਰ ਹੀ ਤਰ੍ਹਾਂ ਦੀਆਂ ਹੁਣ ਹੁਣ ਜਿੱਦਾਂ ਇੱਦਾਂ ਦੀਆਂ ਹੁੰਦੀਆਂ ਨਾ ਲਾ ਲਿਆ ਕਰੀਏ ਇੱਦਾਂ ਦੀਆਂ ਆ ਲਾਲ ਜਿਹੜੀਆਂ ਵਾ ਜਿੱਦਾਂ ਪਾਣੀ ਜਿਹੀ ਵਾਲੀਆਂ ਰਸਲੀਆਂ ਜਿਹੀਆਂ ਤੇ ਸੁਕਾ ਲਿਆ ਕਰ ਸੁੱਕ, ਚੱਲ ਇੱਦਾਂ ਹੀ ਕਰਦੀ ਇਹਨਾਂ ਨੂੰ ਲਾ ਲਿਆ ਫਿਰ ਸੁਕਾ ਲਿਆ ਕਰ ਤੇ ਜਾਓ ਰੱਖ ਆਓ ਫਿਰ ਅੰਦਰ। ਮੰਮੀ ਆਉਂਦੀ ਫਿਰ ਘੁੱਟ ਘੁੱਟ ਚਾਹ ਬਣਾਈ, ਚਾਹ ਮੈਂ ਪਹਿਲਾਂ ਹੀ ਬਣਾ ਲੈਂਦੀ ਹਾਂ, ਲਿਆਓ ਮੈਂ ਰੱਖਾਂ ਬਣਾ ਲਈ ਫਿਰ ਮੈਂ ਚਾਹ ਬਣਾ ਲੈਂਦੀ ਤੇ ਮੰਮੀ ਨੇ ਆਉਂਦੇ ਪੀਣੀ ਆ, ਉਹ ਤੂੰ ਮੰਮੀ ਨੂੰ ਆ ਹੀ ਲੈਂਦੀ ਫਿਰ ਦੁਬਾਰਾ ਤੂੰ ਬਣਾਉਂਦੀ ਨੂੰ ਮੈਂ ਮਰਗਾ ਜੋ ਪੂਰਾ ਹੋਣੀਆਂ ਉੱਥੇ ਮਿਰਚਾਂ ਜਾਣ ਕੇ ਉੱਤੋਂ ਉੱਤੋਂ ਤੋੜ ਕੇ ਤੇ ਭੱਜ ਆਇਆ ਦਵਾ ਦਵ, ਕੋਈ ਨੀ ਮੈਂ ਆਪ ਵੇਖਦੀ ਹਾਂ ਉੱਠ ਕੇ ਵੀ ਹੈਗੀਆਂ ਮਿਰਚਾਂ ਕਿ ਨਹੀਂ, ਆਂਟੀ ਸ਼ਦੈਨ ਥੋੜੀ ਜਿਹੜੀ ਬਾਰ ਬਾਰ ਜਾ ਕੇ ਕਹਿਣ ਡਈ ਆ ਕੇ ਵੀ ਤੋੜ ਦੋ ਮਿਰਚਾਂ। ਹੋਰ ਮਾਸੀ ਜੀ ਠੀਕ ਹੈ ਹੁਣ ਸਿਹਤ ਠੀਕ ਰਹਿੰਦੀ ਆ? ਠੀਕ ਬਲਜੀਤ ਏਦਾਂ ਹੀ ਰਹਿੰਦੀ ਆ, ਪਤਾ ਨੀ ਵਿੱਚ ਬੀ ਪੀ ਵੱਧ ਜਾਂਦਾ ਚੱਕਰ ਆਉਣ ਲੱਗ ਪੈਂਦੇ ਆ, ਅੱਗੇ ਵੀ ਉਹੀ ਹਾਲ ਹੀ ਹੋਣੀ ਵਿੱਚ ਵਾਰ ਆਹੋ ਵਿੱਚ ਜੇ ਤੁਹਾਨੂੰ ਵਾਹਵਾ ਚੱਕਰ ਆਉਂਦੇ ਨੇ ਜਦੋਂ ਰਾਜਵਿੰਦਰ ਵੀ ਤੁਹਾਡੀ ਉਹ ਕਰਾਉਣ ਗਈ ਸਿਰ ਦੀ ਕਹਿਣ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਵਧੀਆ ਤੁਸੀਂ ਸੁਣਾਓ? ਹਾਂ ਠੀਕ ਆ, ਹੋਰ ਵਧੀਆ ਵਧੀਆ ਕਾਰੋਬਾਰ ਦੀ ਸੁਣਾ? ਹਾਂ ਵਧੀਆ ਜੀ, ਚਲੋ ਵਧੀਆ ਹੀ ਚਾਹੀਦਾ। ਹਾਂ ਤੁਹਾਨੂੰ ਕਿੱਦਾਂ ਚਿਰ ਆ ਗਿਆ ਇੱਧਰ ਦਾ? ਚਲੋ ਗੋਮੀ ਪਾਣੀ ਇੱਦਾਂ ਹੀ, ਮੈਂ ਵੀ ਚੱਲਦੀ ਤੁਰਦੀ ਆ ਗਈ। ਅੱਛਾ ਮੈਂ ਵੇਖ ਕੇ ਆ, ਤੁਸੀਂ ਤਾਂ ਆਉਣਾ ਨਹੀਂ। ਮਾਸੀ ਜੀ ਇੱਡੇ ਕੰਮ ਧੰਦੇ ਟਾਈਮ ਨਹੀਂ ਲੱਗਦਾ, ਅੱਜ ਤੁਹਾਨੂੰ ਕੰਮ ਧੰਦੇ ਤਾਂ ਮਿਲਿਆ ਦੱਸ। ਚਲੋ ਹੋਰ ਸਿਹਤ ਦੀ ਸੁਣਾਓ? ਠੀਕ ਜੀ ਠੀਕ ਆ ਠੀਕ ਆ ਠੀਕ ਆ, ਫਰਕ ਵਾ ਚਲੋ ਵਧੀਆ, ਮੈਂ ਮਿਲ ਹੀ ਆਵਾਂ। ਨਹੀਂ ਚਲੋ ਵਧੀਆ ਕੀਤਾ, ਨਾਲੇ ਨਿੱਕੇ ਜੇ ਨੂੰ ਵੇਖਣ ਨੂੰ ਜੀ ਕਰਦਾ ਸੀ। ਠੀਕ ਠੀਕ ਆ, ਇਹ ਵੀ ਹੁਣ ਕਿੰਨੇ ਚਿਰ ਹੋਇਆ ਹੀ ਨਹੀਂ ਗੀ। ਹਾਂਜੀ ਹਾਂਜੀ, ਮੈਂ ਕਿਹਾ ਕਿਹਾ ਨੀ ਮੈਂ ਗਰਮੀ ਹੈਗੀ ਨਿਆਣਾ ਰਾਵਾਂ ਦੇ ਵਿੱਚ। ਹਾਂਜੀ ਹੋਰ ਸਭ ਵਧੀਆ ਜੀ। ਤਕਵੀਰ ਮੈਂ ਇੱਕ ਗੱਲ ਕਰਨੀ ਸੀ, ਸੁੱਖ ਟੱਕਰੀ ਸੀ। ਅੱਛਾ ਜੀ, ਦੁੱਖ ਲੱਗਦਾ ਨਾਲੇ ਮਹੀ ਰੱਬ ਨੇ ਤਾਂ ਉਹਦੀ ਸੁਣੀ ਆ ਤੇ ਤੁਹਾਨੂੰ ਵੀ ਤੇ ਚਾਹ ਹੈਗੀ ਆ ਨਾ। ਉਹ ਮਾਸੀ ਸਾਨੂੰ ਤੇ ਬੜਾ ਚਾਹ ਸੀ ਜੇ ਸਾਡੇ ਨਾਲ ਸਿੱਧੇ ਮੂੰਹ ਗੱਲਬਾਤ ਕਰਦੀ ਮਿਲਦੀ ਗਿਲਦੀ ਆਪਣਾ ਹਿੱਸਾ ਲਿਆਂਦਾ। ਜਦੋਂ ਇਹਦੇ ਕਰਕੇ ਮੈਂ ਸਟੈਂਡ ਲਿਆ, ਮੈਂ ਕੁੜੀਏ ਤੂੰ ਰਹਿ ਇੱਥੇ ਜਿੱਦਾਂ ਅਸੀਂ ਕਹਿੰਦੇ ਉਦਾਂ ਚੱਲ ਰਹਿਣਾ ਤੂੰ ਉੱਥੇ ਹੀ ਆ, ਪਰ ਇਹਨਾਂ ਨੇ ਮੈਂ ਬੰਦਾ ਬਣਾਉਣਾ ਵਾ। ਇਹ ਥੋੜੀ ਗੱਲ ਆ ਕਿ ਆਏ ਜੀ ਕੀਤਾ ਜਦੋਂ ਜੀ ਕਿਤੇ ਕੁੜੀ ਨੂੰ ਕੁੱਟ ਲਿਆ ਮਾਰ ਲਿਆ ਤੇ ਪੇਕੇ ਛੱਡ ਗਏ। ਅਕਸਰ ਅਸੀਂ ਵੀ ਰਿਸ਼ਤੇਦਾਰਾਂ ਵਾਲੇ ਲੋਕਾਂ ਕਹਿਣਾ, ਤੁਹਾਨੂੰ ਪਤਾ ਲੋਕਾਂ ਨੂੰ ਉਹਨਾਂ ਦੇ ਘਾਟ ਕਿਸੂ ਸਾਡੀ ਕੁੜੀ ਜ਼ਿਆਦਾ ਕਿਸੂ ਕੱਢਣਾ ਹੈ ਤੇ ਮੈਂ ਤੂੰ ਚੁੱਪ ਕਰਕੇ ਟਿਕੀ ਰਹਿ, ਮੈਂ ਕੰਮ ਚੱਲ ਗਿਆ ਵਾਂ ਤੇ ਇੱਥੋਂ ਬਹਾਨਾ ਮਾਰ ਕੇ ਗਈ ਮੈਂ ਚਾਚੀ ਘਰ ਚੱਲੀ, ਉੱਥੋਂ ਬਾਰੋ ਬਾਰ ਫੋਨ ਕਰਕੇ ਚੱਲ ਗਈ ਹੈ।
ਜਦੋਂ ਅਸੀਂ ਕਿਹਾ ਕਿ ਤੈਨੂੰ ਘਲਾਉਣਾ ਉੱਥੇ ਹੀ ਆ, ਤੂੰ ਚੁੱਪ ਕਰਕੇ ਬੈਠੀ ਜਾ। ਸ਼ਦੈਣ ਵਾ, ਹੁਣ ਰੋਂਦੀ ਇੱਥੇ ਵਾਰ ਨਹੀਂ ਲੈਣ ਦੀ। ਮੈਂ ਦੋ ਚਾਰ ਗੱਲਾਂ ਕੀਤੀਆਂ, ਮੇਰੇ ਕਿਤਾਬ ਨਹੀਂ ਖਲੋਤਾ ਜਾਣਾ, ਤੇ ਮੈਂ ਚੱਲ ਕੋਈ ਨਹੀਂ ਜਾਊਂਗੀ। ਮਾਸੀ ਜੀ, ਹਿੱਸਿਆਂ ਦਾ ਪਤਾ ਲੱਗ ਗਿਆ, ਤੇ ਮਾਂ ਦਾ ਨਹੀਂ ਚੇਤਾ ਆਇਆ ਇਹਨੂੰ ਬਿਮਾਰ ਆ ਉਹ ਵੀ। ਖਰਾ ਤੇ ਕਬੀਰ ਨੂੰ ਨਾ ਪਤਾ ਲੱਗਾ, ਜੇ ਤੁਹਾਡਾ ਆਉਣ ਨਹੀਂ ਜਾਣ ਨਹੀਂ, ਕਿਹਨੂੰ ਕਿੱਥੋਂ ਪਤਾ ਲੱਗਣਾ ਸੀ। ਮਾਸੀ ਜੀ, ਕਿਤੇ ਇੰਗਲੈਂਡ ਦੀ ਮੰਮੀ ਲਾਹਕ ਆਈ ਅਸੀਂ, ਉਸੇ ਸ਼ਹਿਰ ਦੀ ਜਿੱਥੇ ਰੋਜ਼ ਗੇੜੇ ਹੁੰਦੇ ਇਹਨਾਂ ਦੇ। ਚੱਲ ਫਿਰ ਹੁਣ ਗੁੱਸਾ ਜਿੰਨਾ ਮਰਜ਼ੀ ਵਧਾਈ ਜਾਓ, ਵਧੀ ਜਾਣਾ, ਛੱਡੋ ਪਰੇ। ਤੇਰੀ ਛੋਟੀ ਭੈਣ ਨਾ, ਕੋਈ ਗੱਲ ਨਹੀਂ, ਕਾਲਾ ਨਹੀਂ ਪਈਦਾ ਹੁੰਦਾ ਇਹਨਾਂ। ਮਾਸੀ ਜੀ, ਮੇਰੇ ਕਾਲਾ ਪਿਆ ਹੀ ਨਹੀਂ। ਚਲੋ ਹੁਣ ਗੱਲ ਜਿੰਨੀ ਕੱਚੀ ਲੱਸੀ ਵਾਂਗੂ ਵਧਾਈ ਜਾਵਾਂਗੇ ਨਾ, ਵੱਧਦੀਆਂ ਹੀ ਜਾਣੀਆਂ। ਮੰਨ ਜਾਓ ਹਾਂ ਵੀ ਕੋਈ ਗੱਲ ਨਹੀਂ, ਆ ਜੇ ਤੇ ਗੱਲਬਾਤ ਕਰਕੇ, ਤੇ ਕੋਈ ਗੱਲ ਨਹੀਂ, ਹੋ ਜੇ ਸਾਰਾ ਕੁਛ ਸੈੱਟ। ਮਾਸੀ ਜੀ, ਮੈਂ ਕਿਹੜਾ ਗੁੱਸੇ ਆ ਜਾਂ ਮੈਂ ਮੰਨਿਆ ਨੀਗਾ, ਮੈਂ ਤੇ ਮੰਮੀ ਨੂੰ ਕਿਹਾ ਜਾਓ, ਇਹਨਾਂ ਨੂੰ ਦੋਵਾਂ ਨੂੰ ਕਿਹਾ ਵੀ ਜਾਓ, ਤੁਹਾਨੂੰ ਕੋਈ ਰੋਕ ਟੋਕ ਨਹੀਂ। ਤੁਸੀਂ ਤੇ ਮੂੰਹ ਫਲਾਇਆ, ਤਾਂ ਅਸੀਂ ਸਾਰੇ ਜਣੇ ਕਿੱਦਾਂ ਚੱਲ ਜਾਈਏ ਤੁਹਾਨੂੰ ਤੁਹਾਡੇ ਤੋਂ ਲੈਦਾ ਹੁੰਦਾ। ਮਾਸੀ ਜੀ, ਇਦਾਂ ਪਹਿਲਾਂ ਮੈਨੂੰ ਦੱਸੋ। ਇੱਕ ਮਿੰਟ ਠਹਿਰ ਜਾ ਹੁਣ ਮਾਸੀ, ਤੁਸੀਂ ਵੀ ਸਿਆਣੇ ਜੀ, ਹੁਣ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਹ ਆਪਣੀ ਗਲਤੀ ਵੀ ਨਾ ਮੰਨੇ, ਇਹ ਕੋਈ ਗੱਲ ਬਣਦੀ ਤੇ ਨਹੀਂ ਨਾ। ਰਘਵੀਰ, ਉਦਾਂ ਮੈਨੂੰ ਤਾਂ ਬਹੁਤ ਲੱਗਦਾ ਵੀ ਉਹਨੂੰ ਪਛਤਾਵਾ, ਉਹ ਤਾਂ ਹੋ ਕੇ ਲੈ ਕੇ ਰੋਂਦਾ ਜੀ। ਉਹਨੇ ਕਦੀ ਫੋਨ ਕੀਤਾ ਸਾਨੂੰ? ਖਰੇ ਡਰਦੀ ਨਾ ਕਰਦੀ ਹੋਵੇ। ਆਹ ਜਦੋਂ ਤੁਹਾਨੂੰ ਫੋਨ ਕੀਤਾ ਤੁਸੀਂ ਚੱਜ ਨਾ ਬੋਲੇ ਨੀ। ਓਏ, ਮੈਨੂੰ ਤੇ ਹਾਲੇ ਤੱਕ ਫੋਨ ਨਹੀਂ ਆਇਆ, ਉਹਦਾ ਇੱਕ ਵਾਰ ਨਹੀਂ ਫੋਨ ਆਇਆ। ਜਦੋਂ ਘਰ ਆਈ ਉਦੋਂ ਤੁਸੀਂ ਉਹਨੂੰ ਟਿਕਣ ਨਹੀਂ ਦਿੱਤਾ, ਤੇ ਗੱਲ ਕਿਹੜੇ ਬੜੇ ਤੁਹਾਡੇ ਨਾਲ ਉਹ ਕਰਦੀ, ਪਹਿਲਾਂ ਮੈਨੂੰ ਇਹ ਦੱਸੋ। ਚਲੋ ਠੀਕ ਹੈ, ਛੱਡੋ ਰਘਵੀਰ, ਜੇ ਨਹੀਂ ਫੋਨ ਕੀਤਾ ਤੇ ਮੈਂ ਫੋਨ ਕਰਕੇ ਪੁੱਛ ਲਾ। ਤੁਸੀਂ ਮਾਸੀ ਜੀ ਪੁੱਛ ਲਿਓ, ਬਾਕੀ ਜਿਹੜੀ ਗੱਲ ਆ ਨਾ, ਜਿੱਦਾਂ ਬਲਜੀਤ ਨੀ ਤੇ ਉਹ ਡਰ ਗਈ ਜਾਂ ਗੁੱਸਾ ਹੈ, ਇਕੱਠੇ ਜੰਮੇ ਪੜੇ ਨਾ, ਇਹਨਾਂ ਸਾਰਿਆਂ ਨੂੰ ਮੇਰੇ ਗੁੱਸੇ ਦਾ ਪਤਾ ਕਿ ਇਹਦਾ ਗੁੱਸਾ ਹੁੰਦਾ 5-7 ਮਿੰਟ ਦਾ, ਮੁੜ ਕੇ ਫਿਰ ਉੱਦਾਂ ਦਾ ਹੋ ਜਾਂਦਾ। ਇਹਦਾ ਫਰਜ਼ ਨਹੀਂ ਮੁੜ ਕੇ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਫੋਨ ਕਰਦੀ ਕਿ ਵੀ ਚੱਲ ਕੋਈ ਗੱਲ ਨਹੀਂ, ਗਲਤੀ ਹੋ ਗਈ ਮੇਰੇ ਕੋਲ। ਹੋਰ ਕਬੀਰ ਉਹਨੇ ਫਿਰ ਹਿੱਸੇ ਹਿੱਸੇ ਮੰਗ ਲਏ, ਖਰਿਆ ਉਹਦੇ ਕਰਕੇ ਉਹਨੂੰ ਹੋ ਗਿਆ। ਹਾਂ, ਉਹਦੇ ਮਨ 'ਚ ਇਹ ਹੋਣਾ ਵਾ ਮੈਂ ਡਰ ਗਈ ਵਿਚਾਰੀ, ਕਿ ਪਹਿਲਾਂ ਤਾਂ ਉਹਨੇ ਤੱਤੀ ਤੱਤੀ ਗੁੱਸੇ ਦੇ ਵਿੱਚ ਆਣ ਕੇ ਸਾਰਿਆਂ ਨੂੰ ਖਲਾਰਾ ਪਾ ਲਿਆ, ਤੇ ਫਿਰ ਹੁਣ ਉਹ ਸਾਹਮਣਾ ਔਖਾ ਹੋ ਗਿਆ ਨਾ। ਮਾਸੀ, ਇੱਥੇ ਮੇਰੀਆਂ ਕਿ 4-5 ਭੈਣਾਂ ਸੀ ਕਿ ਜਿਹੜੇ ਇੱਕ ਸ਼ਰਦ ਨੂੰ ਹੋ ਕੇ ਉਹਨੂੰ ਮਿਲਣ ਹੈ, ਤੇ ਇਹੋ ਕੋਈ ਨਾ, ਹੁਣ ਵਿੱਚੋਂ ਵਿੱਚ ਸਾਨੂੰ ਕੀ ਪਤਾ ਕਿੰਨਾ ਕੁ ਹੁੰਦਾ ਵਾ। ਚੱਲ ਕਬੀਰ, ਹੁਣ ਮੈਂ ਆਈ ਮਾਣਨਾ ਤਾਂ ਮਾਣ ਰੱਖੋ, ਕੋਈ ਗੱਲ ਨਹੀਂ ਜੀ, ਤੇ ਮੈਂ ਫੋਨ ਕਰਕੇ ਉਹਨੂੰ ਇੱਥੇ ਸੱਦ ਲੈਣੀ ਆ ਵੀ ਤੂੰ ਆ ਜਾ, ਤੇ ਚੱਲ ਆਪੇ ਜੇ ਤੈਨੂੰ ਨਾ ਗੁੱਸਾ ਹੋਊਗਾ ਤੇ ਫਿਰ ਆਜੂਗੀ, ਠੀਕ ਆ ਨਾ? ਤੇ ਫਿਰ ਜੇ ਨਹੀਂ ਤਾਂ ਫਿਰ ਕੋਈ ਗੱਲ ਨਹੀਂ, ਮੈਂ ਤੁਹਾਨੂੰ ਆਂਦੀ ਨਹੀਂ, ਗਰਾਸਦੀ ਨਹੀਂ ਜਾ। ਕਰ ਲਓ ਫੋਨ, ਤੁਸੀਂ ਪੁੱਛ ਲਓ ਮਾਸੀ ਜੀ, ਫੋਨ ਉੱਥੇ ਪਿਆ ਤੁਹਾਡਾ, ਮੈਂ ਲਿਆ ਲੈਣੀ ਆ। ਹਾਂ।